ਇੱਕ ਪੁਰਾਣੇ ਟੁੱਥਪੇਸਟ ਟਿਊਬ ਤੋਂ ਟਰਬਾਈਨ ਬਣਾਈਏ। ਇਸ ਵਾਸਤੇ ਤੁਹਾਨੂੰ ਚਾਹੀਦਾ ਹੈ ਇੱਕ ਪੁਰਾਣਾ ਟੁੱਥਪੇਸਟ, ਟੇਪ, ਸਟ੍ਰੋ ਅਤੇ ਕੈਂਚੀ। ਟੁੱਥਪੇਸਟ ਦੀ ਟਿਊਬ ਨੂੰ ਇਸਦੇ ਮੂੰਹ ਦੇ ਨੇੜੇ ਤੋਂ ਕੱਟ ਦਵੋ ਅਤੇ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਦਵੋ। ਇਸਦਾ ਮੱਧ ਦੱਸਣ ਲਈ ਕ੍ਰੋਸ ਦਾ ਨਿਸ਼ਾਨ ਬਣਾ ਦਵੋ। ਇਸਦੇ ਵਿਚਕਾਰ ਕੈਂਚੀ ਨਾਲ ਇੱਕ ਮੋਰੀ ਕਰ ਦਵੋ ਅਤੇ ਟਿਊਬ ਦਾ ਖੁੱਲ੍ਹਿਆ ਹੋਇਆ ਮੂੰਹ ਟੇਪ ਨਾਲ ਬੰਦ ਕਰ ਦਵੋ। ਵਾਧੂ ਟੇਪ ਨੂੰ ਕੱਟ ਦਵੋ। ਟਿਊਬ ਦੇ ਦੋਵੇਂ ਵਿਪਰੀਤ ਕੋਨੇ ਛੋਟੇ ਛੋਟੇ ਮੋਰੇ ਬਣਾਓ। ਇਹ ਹਵਾ ਬਾਹਰ ਕੱਢਣ ਲਈ ਹਨ। ਹੁਣ ਅਸੀਂ ਹਵਾ ਮਾਰਨ ਵਾਲੀ ਪਾਈਪ ਬਣਾਵਾਂਗੇ। ਇੱਕ ਸਟ੍ਰੋ ਲੈ ਕੇ ਇੱਕ ਕਿਨਾਰੇ ਤੇ ਵੀ ਨੋਚ ਬਣਾਓ। ਸਟ੍ਰੋ ਨੂੰ ਟਰਬਾਈਨ ਦੇ ਮੱਧ ਵਾਲੇ ਛੇਦ ਵਿੱਚ ਰੱਖੋ। ਸਟ੍ਰੋ ਦਾ ਇੱਕ ਹਿੱਸਾ ਆਪਣੀ ਉਂਗਲੀ ਨਾਲ ਬੰਦ ਕਰ ਦਵੋ ਅਤੇ ਦੂਜੇ ਪਾਸਿਓਂ ਜ਼ੋਰ ਨਾਲ ਫੂਕ ਮਾਰੋ। ਟਰਬਾਈਨ ਬਿਨਾਂ ਕਿਸੇ ਰੁਕਾਵਟ ਤੋਂ ਘੁੰਮੇਗੀ।